Hello. السلام علیکم سر. وعلیکم السلام. کی نا یہ اپنا سر جی؟ سید غلام مجتبی. سید غلام مجتبی. مجتبی بھائی نا کی آ بکری اپنی اپنی ایں دا فی دا ایک دا ریٹ ہے کہ ساری موٹے نال دینی ہے؟ موٹے دا کی ریٹ ہے؟ موٹے نال دے دسا جی. اچھا موٹے دا کی ریٹ ہوے گا ایک دا؟ اے جی 25-25 ہزار منگنا اے ناں دا. فائنل فل پیار ما بندہ ریٹ منگنا. ساڈے 22 ہزار نو خرید دے سر. ہاں جی ساڈی یعنی 25 ہزار. ہاں جی اس تو کم بیچ کوئی زیادہ لے گیا یعنی ساری کر لیندا ہے. ہاں جی دے دے. اچھا ٹھیک رام. اے دی عمر کنی کنی ہے گی وی دس. عمر انہاں دی جی او دو پر گبنا کھڑی ہیں. ہاں جی ਇਹਨਾਂ ਦੀ 15-15 ਮਹੀਨੇ ਉਮਰ ਹੈ. ਠੀਕ ਹੈ ਜੀ. ਦੋਂਦੀਆਂ ਨੂੰ. ਹਾਂਜੀ ਠੀਕ. ਬਸ ਐਵੇਂ ਅਗਾਂ ਹੀ ਆਉਂਦੀਆਂ ਨੇ ਇਹਨਾਂ ਦੇ ਅਗਾਂ ਖੀਰੀਆਂ ਖੜੀਆਂ ਸਾਰੀਆਂ. ਅੱਛਾ ਠੀਕ. ਖੀਰੀਆਂ ਕਰਦੇ ਠੀਕ. ਇਹਨਾਂ ਦੀ 25 ਹਜ਼ਾਰ ਉਹਨਾਂ ਤੋਂ ਜ਼ਿਆਦਾ ਲੈ ਗਿਆ ਸਾਨੂੰ. 24 ਹਜ਼ਾਰ ਦੇ ਦਿੱਤੇ. 24 ਹਜ਼ਾਰ ਕਰਦੇ. ਠੀਕ ਹੈ ਜੀ. ਅਤੇ ਆਪਣਾ ਨੰਬਰ ਦੱਸ ਦਿਓ ਭਾਅ ਜੀ. 0305 88 70 88 70 886 886 ਮੰਡੀ ਮਦਰਸਾ ਜ਼ਿਲ੍ਹਾ ਬਾਵਨ. ਠੀਕ ਹੈ ਜੀ. ਆਪਣਾ ਸੈਦ ਗੁਲਾਮ ਪਿੰਡ ਦੱਸ ਦਿਓ ਭਾਅ ਜੀ. ਪਿੰਡ ਸੈਦ ਗੁਲਾਮ ਮੁਹਿਤਬਾ ਮੋਮਨਾਬਾਦ. ਮੋਮਨਾਬਾਦ ਠੀਕ ਹੈ ਜੀ. ਅਮੀਤ ਭਾਈ ਦਾ ਨੰਬਰ ਵੀ ਦੱਸ ਦਿੱਤਾ ਹੈ ਅਤੇ ਤਲਾ ਗੰਗ ਦਾ ਅੱਗੇ ਵੀ ਮੇਰਾ ਉਹ ਪਿਓਰ ਮੱਕੀ ਜਿਹਨੇ ਹੁੰਦੇ ਹਾਂ ਜੀ. ਵਸੀਮ ਭਾਈ ਵੀ ਲੈ ਗਿਆ ਸੀ ਕਿ ਆਹ ਭਾਈ ਮੌਜੂਦ ਹੈ ਜਿਹਨਾਂ ਕੋਲ ਵਸੀਮ ਭਾਈ ਲੈ ਕੇ ਗਿਆ ਸੀ ਇਹਨਾਂ ਦੀ ਮੈਂ ਤਸਵੀਰ ਵੀ ਦਿਖਾ ਦਿੰਦਾ ਕੋਈ ਬੱਕਰੀਆਂ ਲੈ ਗਿਆ ਸੀ ਅਤੇ ਇਹਨਾਂ ਕੋਲ ਬੱਕਰੀਆਂ ਮੌਜੂਦ ਨੇ ਅਤੇ ਜਿਹੜੇ ਬੰਦੇ ਪੱਠਾ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਫਿਰ ਗੁਜ਼ਾਰਿਸ਼ ਕਰਨਾ ਕਿ ਇਹਨਾਂ ਦੇ ਨਾਲ ਰਾਬਤਾ ਕਰ ਇਹਨਾਂ ਨੰਬਰ ਵੀ ਮੈਂ ਦੇ ਦਿੱਤਾ ਕੰਟੈਕਟ ਨੰਬਰ ਵੀ ਦੇ ਦਿੱਤਾ ਦੋ ਸਸਤੀਆਂ ਖੜੀਆਂ ਹੋਰ ਆਉਂ ਬਣੀ ਹੋਈ ਜਾਂਦੀ 16-17 ਮਹੀਨੇ ਉਮਰ ਹੈ ਮੇਰੀ ਕਾਲ ਹੋਰ ਮੱਖੀ ਚੀਨੀ ਠੀਕ ਹੈ ਸ਼ੁਕਰੀਆ ਮਿਹਰਬਾਨੀ